ਅਸਲਾਮ ਵਾਲੇਕੁਮ ਸੱਜਣਾ ਮਿੱਤਰੋ, ਘਰੋਂ ਨਿਕਲ ਪਏ ਹਾਂ ਆਪਾਂ, ਫਾਰਮ 'ਤੇ ਪਹੁੰਚ ਗਏ ਹਾਂ ਜੀ। ਇਹ ਆਪਣੀ ਲਾਡੋ ਹੈ, ਬੜੀ ਪਿਆਰ ਕਰਦੀ ਹੈ ਸਾਡੇ ਨਾਲ। ਤੁਹਾਨੂੰ ਅੱਜ ਆਪਾਂ ਡੇਅਰੀ ਫਾਰਮ ਦੀ ਲਾਈਫ ਦਿਖਾਉਂਦੇ ਹਾਂ, ਚਲੋ ਚੱਲਦੇ ਹਾਂ। ਇਹ ਸਾਡੀ ਬੜੀ ਪਿਆਰੀ ਖੂਬਸੂਰਤ ਮਾਸ਼ਾਅੱਲਾ ਰਾਨੀ ਹੈ, ਬਹੁਤ ਹੀ ਪਿਆਰੀ। ਇਹ ਸਾਰੀਆਂ ਸਾਡੀਆਂ ਦੁੱਧ ਵਾਲੀਆਂ ਜਾਨਵਰ ਖੜ੍ਹੇ ਨੇ, ਅਤੇ ਇਹ ਫਾਰਮ ਦੇ ਅੰਦਰ ਬਹੁਤ ਹੀ ਪਿਆਰਾ ਨਜ਼ਾਰਾ ਹੈ। ਇਹ ਦੇਖੋ ਜੀ, ਮੌਸਮ ਵੀ ਚੰਗਾ ਹੋਇਆ ਖੜ੍ਹਾ ਹੈ, ਅਤੇ ਇਹ ਜਾਨਵਰ ਹੈ, ਚਾਰੇ ਦਾ ਟਾਈਮ ਹੋ ਗਿਆ। ਇਹ ਲੇਬਰ ਸਾਡੀ ਚਾਰਾ ਪਾ ਰਹੀ ਹੈ ਜੀ, ਫੀਡਿੰਗ ਦਾ ਟਾਈਮ ਹੈ। ਫੀਡਿੰਗ ਬਹੁਤ ਜ਼ਰੂਰੀ ਹੈ ਜਾਨਵਰਾਂ ਵਾਸਤੇ। ਹੁਣ ਆਪਾਂ ਚੱਲਦੇ ਹਾਂ ਜੀ, ਇਸ ਤੋਂ ਬਾਅਦ ਫੀਡਿੰਗ ਹੋ ਗਈ ਹੈ, ਅਤੇ ਫੀਡਿੰਗ ਤੋਂ ਬਾਅਦ ਇਹਨਾਂ ਦੀ ਚੈਕਿੰਗ ਕੀਤੀ ਜਾਏਗੀ, ਅਤੇ ਚੈਕਿੰਗ ਦੇ ਵਿੱਚ ਇਹ ਡਾਇਟ ਚੈੱਕ ਕੀਤੀ ਜਾਂਦੀ ਹੈ, ਕਿਵੇਂ ਖੁਰਾਕ ਮੇਨਟੇਨ ਹੈ, ਕੋਈ ਮਸਲਾ ਮਸਾਇਲ ਤਾਂ ਨਹੀਂ ਹੈ, ਉਹ ਚੈੱਕ ਕਰਨਾ ਹੈ। ਦੇਖੋ ਜੀ, ਸਾਰੇ ਮਾਸ਼ਾਅੱਲਾ ਐਕਟਿਵ ਜਾਨਵਰ ਨੇ, ਖਾ ਰਹੇ ਨੇ, ਚਾਰਾ ਕਰ ਰਹੇ ਨੇ, ਇਹ ਜ਼ਰੂਰੀ ਹੈ। ਉਸ ਤੋਂ ਬਾਅਦ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ, ਇਸ ਤੋਂ ਬਾਅਦ ਅਤੇ ਇਹਨਾਂ ਨੂੰ ਸ਼ਾਵਰ ਆਪਾਂ ਦਿੰਦੇ ਹਾਂ। ਇਹ ਸ਼ਾਵਰ ਦੇ ਰਹੇ ਹਾਂ ਜੀ, ਜਾਨਵਰ ਨੂੰ ਬੜੇ ਰਿਲੈਕਸ ਫੀਲ ਕਰ ਰਿਹਾ। ਇਹ ਚਾਰਾ ਚੈੱਕ ਕੀਤਾ ਕਿ ਚੀਜ਼ਾਂ ਸਾਰੀਆਂ ਪੂਰੀਆਂ ਨੇ, ਉਸ ਤੋਂ ਬਾਅਦ ਇਹ ਜਾਨਵਰ ਜੀ ਰੈਸਟ ਕਰ ਰਹੇ ਨੇ ਚਾਰੇ ਤੋਂ ਬਾਅਦ, ਕਿਉਂਕਿ ਇਹਨਾਂ ਰੈਸਟ ਕਰਨਾ ਬਹੁਤ ਚੰਗਾ ਇਹਨਾਂ ਵਾਸਤੇ। ਫਿਰ ਇਹ ਜਾਨਵਰ ਦੁਪਹਿਰ ਦੀ ਚਾਰਾ ਪਾ ਕੇ ਅਤੇ ਉਹਨਾਂ ਦੀ ਚਰਾਈ ਹੋ ਰਹੀ ਹੈ, ਸਾਡਾ ਛਤਰਾ ਵਿੱਚ ਫਿਰਦਾ ਰਹਿੰਦਾ ਨਵਾਬ, ਕੋਈ ਨਹੀਂ। ਅਤੇ ਇਹ ਸਾਡੇ ਜਾਨਵਰ ਕਲੋਜ਼ਅਪ ਵਾਲੇ ਨੇ, ਇਹ ਸਾਡਾ ਸਾਇਲੇਜ ਵਗੈਰਾ, ਇਹ ਉੱਥੇ ਹੱਥ ਹੈ ਆਪਣਾ, ਇੱਧਰ ਮੱਝਾਂ ਵੀ ਰੱਖੀ ਦੀਆਂ, ਇਹ ਆਪਣਾ ਕਮਰੇ ਵਗੈਰਾ, ਅਤੇ ਇਹ ਆਪਣਾ ਮੈਡੀਕੇਸ਼ਨ, ਦਵਾਈਆਂ, ਦਵਾ ਦਾਰੂ ਜਿਹੜਾ ਇਹਨਾਂ ਦਾ ਖਰੀਦਿਆ, ਮਸਲੇ ਮਸਾਇਲ ਦੂਰ ਜਾਨਵਰਾਂ ਦੀ ਬੇਜ਼ਬਾਨ ਤਕਲੀਫ ਦੂਰ ਕਰੀ ਦੀ ਹੈ। ਅਤੇ ਉਸ ਤੋਂ ਬਾਅਦ ਮਿਲਕਿੰਗ ਪਾਰਲਰ ਹੈ ਜੀ ਆਪਣਾ, ਇੱਥੇ ਜਾਨਵਰਾਂ ਨੇ ਲਾਈਨ 'ਚ ਖੜ੍ਹੇ ਨੇ, ਬਾਕੀ ਆ ਰਹੇ ਨੇ ਜੀ, ਦੇਖੋ ਲੈ ਕੇ ਆ ਰਹੇ ਹੈ, ਬੜੇ ਅਤੇ ਬੜੇ ਤਰੀਕੇ ਦੇ ਨਾਲ ਇੰਤਜ਼ਾਮ ਕਰ ਰਹੇ, ਅਤੇ ਜਾਨਵਰ ਬੜੇ ਸਮਝਦਾਰ ਅਤੇ ਸੁਲਝ ਹੋਏ ਨੇ। ਇਹ ਫਾਰਮ ਵੀ ਸਾਰਾ ਆਪਣਾ ਆਪਣਾ ਪਾਰਲਰ ਅਤੇ ਲੜਕੇ ਲੇਬਰ ਲੱਗੇ ਹੋਏ ਆ ਨਾਲ। ਇਹ ਜਾਨਵਰ ਵੀ, ਮੌਸਮ ਅੱਛਾ, ਬਾਰਿਸ਼ ਵਾਲਾ ਮੌਸਮ ਹੈ, ਅੱਜ ਗਰਮੀ ਹੈ। ਅਤੇ ਇਹ ਮੈਂ ਤੁਹਾਡਾ ਭਾਈ ਜਾਨ ਡਾਕਟਰ ਮੁਹੰਮਦ ਅਬਦੁੱਲਾ ਸਹੀਦ, ਜਾਨਵਰਾਂ ਦੇ ਨਾਲ ਇਹ ਲੇਬਰ ਆਪਣੇ ਪਿੱਛੇ ਇਹ ਜਾਨਵਰ ਨੇ, ਅਤੇ ਤੁਹਾਨੂੰ ਤੂਫਾਨ ਦਾ ਮਕਸਦ ਹੈ ਇਨਕਰੇਜ ਕਰਨਾ ਕਿ ਤੁਸੀਂ ਡੇਅਰੀ ਲਾਓ, ਅਤੇ ਡਿਊਟੀ ਟਾਈਮ 'ਤੇ ਕੰਮ ਕਰਨਾ ਜੀ, ਕੰਮ ਦਾ ਖੜਾਕ ਵਜਾ ਕੇ ਕਰੇ।